सत श्रीकाल दोस्तों, कच्चे अध्यापकों की आवाज़ यूट्यूब चैनल पर तुहाडा सब का स्वागत है। दोस्तों, कच्चे अध्यापकों नाल संबंधित ताज़ा जानकारी लैण दे लई आपां जुड़दे हाँ मैडम हरप्रीत कौर दे नाल एक फोन कॉल दे जरिए। जी मैम हरप्रीत, बहुत बहुत स्वागत है तुहाडा साडे यूट्यूब चैनल पर। हाँ जी, सत श्रीकाल सर। जी मैम, जिदा कि कच्चे अध्यापकों का 83-93 पोस्टों को लैके जिहड़ा संघर्ष है लगातार जारी है, जो इस भाक के मुद्दे के बारे थोड़ा की अगला एक्शन प्लान है, की कहना चाहोगे? सर, कच्चे अध्यापक यूनियन नू अध्यापकों नू जिहड़ियां 8393 पोस्टां कढ़ियां सी, बहुत आसां सी विभागी पोस्ट दा टैस्ट होएगा ते ओह टैस्ट ते असीं रैगुलर होवांगे, पर उस ते जिहड़ा 29 तरीक तक रोक ला दित्ती गई आ। इह जिहड़ा सरकार दीआं सारीआं नीतियां सरकार दे लारे लप्पे आ, रोज़ ही तरीकां बदलियां गईआं, पर उस तो भी उत्ते उठ के हुण असीं नवें सिरे तों फिर संघर्ष विढ़ांगे कि सरकार नूं इवें लगदा शायद कच्चे अध्यापकां नूं असीं तोड़ दित्ता, उहनां दे हौंसले तोड़ दित्ते गए आ, पर इदां दा कुछ नहीं। ਇਹ ਸਰਕਾਰ ਨੇ ਇੱਦਾਂ ਗਲਤ ਕਰਕੇ ਸਾਡੇ ਨਾਲ ਕਿ ਨਾ ਸਾਡੀ ਸੈਲਰੀ 'ਚ ਵਾਧਾ ਕੀਤਾ ਗਿਆ, ਨਾ ਸਾਨੂੰ ਪੱਕੇ ਕੀਤਾ ਗਿਆ, ਸਾਡੇ ਹੌਸਲੇ ਹੋਰ ਬੁਲੰਦ ਕੀਤੇ ਆ। ਜਿੰਨਾ ਟਾਈਮ ਤੱਕ ਸਾਡੇ ਸਾਹ ਚੱਲਦੇ ਆ, ਲਾਸਟ ਦਮ ਤੱਕ ਅਸੀਂ ਸੰਘਰਸ਼ ਲੜਾਂਗੇ। ਬਾਕੀ ਸਾਡੀ ਅਗਲੀ ਰਣਨੀਤੀ ਇਹ ਆ ਕਿ ਅਸੀਂ ਸੋਮ ਮੰਗਲ ਬੁੱਧਵਾਰ 3 ਦਿਨ ਪ੍ਰੋਪਰ ਬਾਈਕਾਟ ਕੀਤਾ ਆ। ਸੋਮਵਾਰ ਤੋਂ ਜਿਹੜੇ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੋਹਾਲੀ ਦੇ ਦਫ਼ਤਰ ਪਹਿਲਾਂ ਹੀ 3 ਦਿਨ ਤੋਂ ਬੰਦ ਸੀ, ਹੁਣ ਸੋਮਵਾਰ ਤੋਂ ਲਗਾਤਾਰ ਅਣਮਿੱਥੇ ਸਮੇਂ ਲਈ ਬੰਦ ਕੀਤੇ ਜਾਣਗੇ, ਤਾਂ ਜੋ ਜਿਹੜਾ ਸਰਕਾਰ ਨੂੰ ਪਤਾ ਲੱਗੇ, ਸਰਕਾਰ ਦੀ ਚੀਕ ਨਿਕਲੇ ਕਿ ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਜਾਵੇ। ਜੇ ਤੁਸੀਂ ਪੱਕੇ ਨਹੀਂ ਕਰ ਸਕਦੇ, ਘੱਟੋ ਘੱਟ ਉਹਨਾਂ ਦੇ ਚੁੱਲ੍ਹੇ ਤੇ ਬਲਦੇ ਕਰੋ ਨਾ। 6,000 ਚ ਸਾਡੇ ਘਰਾਂ ਦੇ ਗੁਜ਼ਾਰੇ ਨਹੀਂ ਹੈਗੇ, ਘੱਟੋ ਘੱਟ ਸਾਡੀ ਸੈਲਰੀ ਚ ਵਾਧਾ ਕੀਤਾ ਜਾਵੇ। ਜੀ ਮੈਮ, ਜਿੱਦਾਂ ਕਿ ਅੱਜ ਸਤਿੰਦਰ ਕੰਗ ਉਹਨਾਂ ਨੇ ਮੀਟਿੰਗ ਵੀ ਕਰੀ ਆ ਮੁੱਖ ਮੰਤਰੀ ਚਰਨਜੀਤ ਚੰਨੀ ਉਹਨਾਂ ਦੇ ਨਾਲ, ਉਸ ਦੇ ਬਾਬਤ ਕੀ ਕਹਿਣਾ ਚਾਹੋਗੇ? ਬਿਲਕੁਲ ਸਰ, ਸਾਡੀ ਦੋ ਜਗ੍ਹਾ ਮੀਟਿੰਗ ਹੋਈ ਹੈ ਚਰਨਜੀਤ ਚੰਨੀ ਸਾਹਿਬ ਜੀ ਨਾਲ, ਇੱਕ ਤੇ ਗੁਰਦਾਸਪੁਰ ਚ, ਇੱਕ ਇੱਥੇ ਸਤਿੰਦਰ ਸਿੰਘ ਕੰਗ ਨੇ ਕੀਤੀ ਆ, ਤੇ ਉਹਦੇ ਚ ਰਿਸਪੌਂਸ ਵਧੀਆ ਦਿੱਤਾ ਗਿਆ। ਤੇ ਚਰਨਜੀਤ ਸਿੰਘ ਚੰਨੀ ਨੇ ਸਾਡੇ ਤੋਂ ਕਿਹਾ ਗਿਆ ਕਿ 4 ਦਿਨ ਸਾਨੂੰ ਦਿਓ, ਚੌਥੇ ਦਿਨ ਤੁਹਾਨੂੰ ਆਪਣੇ ਆਪ ਅਸੀਂ ਰਿਜ਼ਲਟ ਦੇਵਾਂਗੇ ਪੱਕੇ ਹੋਣ ਦਾ। ਉਹ ਮੀਟਿੰਗ ਤੇ ਅੱਜ ਹੋਈ ਆ। ਦੂਜੀ ਗੱਲ ਇਹ ਆ ਕਿ ਸਾਨੂੰ ਵੀ ਜਲੰਧਰ ਚ ਸਿੱਖਿਆ ਮੰਤਰੀ ਸਾਹਿਬ ਦੀ ਸਵੇਰੇ ਮੀਟਿੰਗ ਮਿਲੀ ਆ, ਉਸ ਮੀਟਿੰਗ ਚ ਕੀ ਨਿਕਲ ਕੇ ਬਾਹਰ ਆਉਂਦਾ ਇਹ ਕੱਲ ਦੀ ਅਪਡੇਟ ਅਸੀਂ ਦਵਾਂਗੇ, ਕਿਉਂਕਿ ਬਹੁਤ ਉਮੀਦਾਂ ਆ ਸਾਨੂੰ ਕਿ ਹੋ ਸਕਦਾ ਸਰਕਾਰ ਨਾਲ ਫਿਰ ਦੁਬਾਰਾ ਰਾਬਤਾ ਕਾਇਮ ਹੋਇਆ ਆ, ਕੁਛ ਦੇਖੋ ਕੱਲ ਫਿਰ ਇਹ ਕੁਛ ਨਵਾਂ ਨਿਕਲ ਕੇ ਆਵੇ, ਤਾਂ ਜੋ ਕੱਚੇ ਅਧਿਆਪਕਾਂ ਦਾ ਭਵਿੱਖ ਜਿਹੜਾ ਬਦਲ ਸਕੇ, ਕਿਉਂਕਿ 18 ਵਰੇ ਹੋ ਗਏ ਸਾਨੂੰ ਆਸਾਂ ਲੈ ਕੇ ਚੱਲਦਿਆਂ ਨੂੰ, ਸ਼ਾਇਦ ਉਹਨਾਂ ਆਸਾਂ ਤੇ ਬੂਰ ਪੈ ਸਕੇ ਜੋ ਸਾਨੂੰ ਸਰਕਾਰਾਂ ਨੇ ਪਹਿਲੀਆਂ ਨੇ ਵੀ ਜਿਹੜਾ ਬਾਦਲ ਦੇ ਟਾਈਮ 'ਚ ਵੀ ਲਾਰੇ ਲਾਏ ਆ, ਹੁਣ ਵੀ ਸਾਡਾ ਜਿਹੜਾ ਕੰਮ ਜਿਹੜਾ ਸਿਰੇ ਨਹੀਂ ਚੜਿਆ। ਹੋ ਸਕਦਾ ਹੁਣ ਜਿਹੜੇ ਨਵੇਂ ਮੀਟਿੰਗਾਂ ਜਾਂ ਚੰਨੀ ਸਾਹਿਬ ਨੇ ਅੱਜ ਭਰੋਸਾ ਦਿੱਤਾ ਆ, ਜਾਂ ਕੱਲ ਹੁਣ ਪ੍ਰਗਟ ਸਿੰਘ ਸਿੱਖਿਆ ਮੰਤਰੀ ਸਾਹਿਬ ਨਾਲ ਮੀਟਿੰਗ ਆ, ਦੇਖੋ ਕੀ ਨਵਾਂ ਨਿਕਲ ਕੇ ਆਉਂਦਾ ਬਾਹਰ, ਫਿਰ ਉਸ ਨਵੀਂ ਅਪਡੇਟ ਅਸੀਂ ਕੱਲ ਦੇਵਾਂਗੇ। ਬਾਕੀ ਸੋਮਵਾਰ ਤੋਂ ਜਿਹੜਾ ਪ੍ਰੋਪਰ 3 ਦਿਨ ਦਾ ਬਾਈਕਾਟ ਮੋਹਾਲੀ ਵਿੱਚ ਕੀਤਾ ਗਿਆ ਆ, ਬਾਕੀ ਸਾਥੀਆਂ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਅਧਿਆਪਕਾਂ ਨੂੰ, ਇਹ 3 ਦਿਨ ਦੇ ਬਾਈਕਾਟ 'ਚ ਪ੍ਰੋਪਰ ਕਰਕੇ ਮੋਹਾਲੀ ਪਹੁੰਚੋ। ਜੀ ਮੈਮ ਹਰਪ੍ਰੀਤ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਔਰ ਤਾਜ਼ਾ ਜਾਣਕਾਰੀ ਦੇਣ ਦੇ ਲਈ। ਧੰਨਵਾਦ ਸਰ।